चलो जिथे भी मर्डर होया वा असीं कहिंदे आ कि पुलिस सीसीटीवी कैमरे थां थां ते लगे आ, भरे बाजार दे विच मर्डर होया वा, ते सानू कोई इंसाफ चाहिदा जी। सानू इह करके चाहिदा वा कि जिस तरह भी जिथे भी जो भी कारवाई होई आ उहदी सानू हर चीज़ की एक सानू रिपोर्ट चाहिदी आ कि साडे उस बेटे नाल की हादसा वापरिया जी। सर की नाम बेटा दा ते किन्नी दी उम्र ते कित्थों रहण वाला जी? जतिंदर सिंह जी नाम सी, ते सुभावा कनेडा दा पीआर है जी, सुभावा पिंड है जी। एक 8 दिन हो गया जी उन्होंने इत्थे पहुंचे नूं, 8 दिन ही होए आ, उत्थों पीआर हो गए इत्थे आया जी। ते नाल जिहड़े तीन जणे उह कहिंदे आ जी अरैसट कीते आ पुलिस ने, हुण अंदर बिठाए, सानूं ते इहदे बारे पता नहीं जी किहनूं अरैसट कीता है, की कीता है, जां उहनां दी स्टेटमेंट की आ जी। सानूं हाले तक इह वी नहीं पता कि उहनां दी स्टेटमेंट की है जी। जिहड़े उह यार दोस्त सी इहदे जिहड़े नाल? हां जी, यार दोस्त जी इहदे। ਅਮ੍ਰਿਤਪਾਲ ਸਿੰਘ ਆ ਜਿਹੜਾ ਮਰਡਰ ਹੋਇਆ, ਉਹ ਮੇਰਾ ਛੋਟਾ ਬ੍ਰਦਰ ਆ, ਤੇ ਉਹ ਰਾਤ ਕੈਨੇਡਾ ਤੋਂ ਆਇਆ, ਉਹਨੂੰ 8 ਕੁ ਦਿਨ ਹੋ ਗਏ ਆ, ਤੇ ਰਾਤ ਉਹ ਮਤਲਬ ਕਿ ਆਪਣਾ ਇੱਥੇ ਯਾਰਾਂ ਦੋਸਤਾਂ ਦੇ ਨਾਲ ਘੁੰਮਣ ਫਿਰਨ ਆਇਆ ਸੀ, ਅਤੇ ਉਹਦਾ ਰਾਤ ਕਿਸੇ ਨੇ ਮਰਡਰ ਕਰਤਾ, ਅਤੇ ਅਸੀਂ ਸਰਕਾਰ ਤੋਂ ਅਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਚਾਹੀਦਾ। ਪੁਲਿਸ ਵੱਲੋਂ ਰਿਸਪੋਂਸ ਜੀ, ਅਸੀਂ ਸਵੇਰ ਦੇ ਇੱਥੇ ਆ ਕੇ ਬੈਠੇ 7 ਵਜੇ ਦੇ, ਅਜੇ ਤੱਕ ਸਾਨੂੰ ਇਹ ਨਹੀਂ ਦੱਸਿਆ ਵੀ ਕੋਈ ਪੁੱਛ ਪੜਤਾਲ ਕਿਸੇ ਤੋਂ ਕੀਤੀ ਆ, ਕੋਈ ਗੱਲ ਨਹੀਂ ਬਹੁਤ ਨਹੀਂ ਜੀ, ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ। ਰਾਤ 12 ਵਜੇ ਜੀ ਸਾਡੇ ਬੱਚੇ ਦਾ ਮਰਡਰ ਹੋਇਆ ਵਾ, ਹੁਣ 12 ਵਜੇ ਨੂੰ ਫਿਰ ਤਾਰੇ 11 ਵਜ ਗਏ ਆ ਜੀ, ਹਾਲੇ ਤੱਕ ਨਾ ਤਾਂ ਸਾਨੂੰ ਕੋਈ ਸੀਨੀਅਰ ਅਫਸਰ ਮਿਲਿਆ ਜੀ, ਨਾ ਸਾਡੀ ਕਿਸੇ ਨੇ ਪੁੱਛ ਪੜਤਾਲ ਕੀਤੀ ਹੈ ਜੀ, ਕਿੱਥੇ ਮਰਡਰ ਹੋਇਆ, ਕਿੱਥੇ ਕੀ ਹੋਇਆ, ਕਿਸੇ ਨੇ ਅੱਜ ਤੱਕ ਸਾਨੂੰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ, ਕਿਸੇ ਵੀ ਵੱਡੇ ਅਫਸਰ ਨੇ ਸਾਡੇ ਨਾਲ ਕੋਈ ਸਾਨੂੰ ਮਿਲਿਆ ਨਹੀਂ, ਸੰਪਰਕ ਨਹੀਂ ਹੋਇਆ। ਚਲੋ ਜਿੱਥੇ ਵੀ ਮਰਡਰ ਹੋਇਆ ਵਾ ਅਸੀਂ ਕਹਿੰਦੇ ਹਾਂ ਕਿ ਪੁਲਿਸ ਸੀਸੀਟੀਵੀ ਕੈਮਰੇ ਥਾਂ ਥਾਂ 'ਤੇ ਲੱਗੇ ਆ, ਭਰੇ ਬਾਜ਼ਾਰ ਦੇ ਵਿੱਚ ਮਰਡਰ ਹੋਇਆ ਵਾ, ਅਤੇ ਸਾਨੂੰ ਕੋਈ ਇਨਸਾਫ ਚਾਹੀਦਾ ਜੀ। ਸਾਨੂੰ ਇਹ ਕਰਕੇ ਚਾਹੀਦਾ ਵਾ ਕਿ ਜਿਸ ਤਰ੍ਹਾਂ ਵੀ ਜਿੱਥੇ ਵੀ ਜੋ ਵੀ ਕਾਰਵਾਈ ਹੋਈ ਆ ਉਹਦੀ ਸਾਨੂੰ ਹਰ ਚੀਜ਼ ਦੀ ਇੱਕ ਸਾਨੂੰ ਰਿਪੋਰਟ ਚਾਹੀਦੀ ਆ ਕਿ ਸਾਡੇ ਉਸ ਬੇਟੇ ਨਾਲ ਕੀ ਹਾਦਸਾ ਵਾਪਰਿਆ ਜੀ। ਸਰ ਕੀ ਨਾਂ ਬੇਟੇ ਦਾ ਤੇ ਕਿੰਨੀ ਦੀ ਉਮਰ ਤੇ ਕਿੱਥੋਂ ਰਹਿਣ ਵਾਲਾ ਸੀ? ਜਤਿੰਦਰ ਸਿੰਘ ਜੀ ਨਾਂ ਸੀ, ਤੇ ਸੁਭਾਵਾ ਕੈਨੇਡਾ ਦਾ ਪੀਆਰ ਹੈ ਜੀ, ਸੁਭਾਵਾ ਪਿੰਡ ਹੈ ਜੀ। ਕਿੰਨੇ ਚਿਰ ਇੱਥੇ ਆਏ ਨੇ? ਇੱਕ 8 ਦਿਨ ਹੋ ਗਿਆ ਜੀ ਉਹਨੂੰ ਇੱਥੇ ਪਹੁੰਚੇ ਨੂੰ, 8 ਦਿਨ ਹੀ ਹੋਏ ਆ, ਉੱਥੋਂ ਪੀਆਰ ਹੋ ਗਏ ਇੱਥੇ ਆਇਆ ਜੀ। ਉਹਦੇ ਨਾਲ ਜਿਹੜੇ ਤਿੰਨ ਜਣੇ ਉਹ ਕਹਿੰਦੇ ਆ ਜੀ ਅਰੈਸਟ ਕੀਤੇ ਆ ਪੁਲਿਸ ਨੇ, ਹੁਣ ਅੰਦਰ ਬਿਠਾਏ, ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਜੀ ਕਿਹਨੂੰ ਅਰੈਸਟ ਕੀਤਾ ਹੈ, ਕੀ ਕੀਤਾ ਹੈ, ਜਾਂ ਉਹਨਾਂ ਦੀ ਸਟੇਟਮੈਂਟ ਕੀ ਆ ਜੀ। ਸਾਨੂੰ ਹਾਲੇ ਤੱਕ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਸਟੇਟਮੈਂਟ ਕੀ ਹੈ ਜੀ। ਜਿਹੜੇ ਉਹ ਯਾਰ ਦੋਸਤ ਸੀ ਇਹਦੇ ਨਾਲ? ਹਾਂਜੀ, ਯਾਰ ਦੋਸਤ ਜੀ ਇਹਦੇ। ਇੱਥੇ ਕੀ ਕਰਨ ਆਏ ਸੀ? ਉਹ ਵੇਖੋ ਜੀ ਇੱਥੇ ਘੁੰਮਣ ਆਏ ਸੀ, ਇੱਕ ਹਫ਼ਤਾ ਬਾਹਰੋਂ ਕੈਨੇਡਾ ਹੋਇਆ, ਆਪਦੇ ਯਾਰ ਦੋਸਤ ਨਾਲ ਇੱਥੇ ਬਾਜ਼ਾਰ 'ਚ ਘੁੰਮਣ ਆਇਆ ਸੀ, ਘੁੰਮਣ ਇੱਥੇ ਵਾਰਦਾਤ ਵਾਪਰੀ ਆ, ਉਹਦਾ ਮਰਡਰ ਹੋਇਆ ਜੀ। ਕਿਸ ਕਾਰਨ ਕਰਕੇ ਹੋਇਆ ਪੁਲਿਸ ਸਾਨੂੰ ਦੱਸੇ, ਸੀਸੀਟੀਵੀ ਕੈਮਰੇ ਸਾਰੇ ਬਾਜ਼ਾਰ 'ਚ ਲੱਗੇ ਆ, ਫਿਰ ਭੀੜ ਭੜੱਕੇ ਦੇ ਵਿੱਚ ਐਡੇ ਵੇਖੋ ਕਿੱਡੀ ਵੱਡੀ ਗੱਲ ਹੈ ਕਿ ਇੱਕ ਭੀੜ ਵਾਲੇ ਇਲਾਕੇ ਦੇ ਵਿੱਚ ਇੱਕ ਮਰਡਰ ਹੋ ਜੇ, ਅਤੇ ਹਾਲੇ 12 ਤੋਂ 12 ਹੋ ਜਾਣ ਅਤੇ ਹਾਲੇ ਤੱਕ ਕੋਈ ਕਾਰਵਾਈ ਨਾ ਹੋਵੇ, ਹੁਣ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ? ਢਿੱਲੀ ਹੈ ਜੀ, ਕਿਉਂਕਿ ਸਾਨੂੰ ਹਰ ਜਿੰਨੇ ਵੀ ਇੱਥੇ ਖੜੇ ਹਾਂ ਜੀ ਪਰਿਵਾਰਕ ਮੈਂਬਰ, ਅੱਜ ਹਾਲੇ ਤੱਕ ਸਾਨੂੰ ਕੋਈ ਸੀਨੀਅਰ ਅਫਸਰ ਮਿਲਿਆ ਨਹੀਂ ਜੀ। ਇਹ ਮਰਡਰ ਹੋਇਆ ਕੋਈ ਛੋਟੀ ਗੱਲ ਨਹੀਂ ਗੀ, ਨਾ ਜੀ ਕੋਈ SSP ਸਾਹਿਬ ਨਾਲ ਕੋਈ ਗੱਲ ਹੋਈ ਹੈ, ਸਾਡੀ ਤਾਂ DSP ਸਾਹਿਬ ਨਾਲ ਹੋਈ ਹੈ ਜੀ, ਸਾਨੂੰ ਮਿਲਿਆ ਹੀ ਕੋਈ ਨਹੀਂ ਜੀ ਹਾਲੇ ਤੱਕ। ਜਿਹੜਾ ਬੇਟਾ ਜੀ ਡੈਥ ਹੋਈ ਹੈ, ਇਹ ਮੈਰਿਡ ਕਿ ਜਾਂ ਅਨਮੈਰਿਡ? ਨਹੀਂ, ਅਨਮੈਰਿਡ ਸੀ ਜੀ। ਅਨਮੈਰਿਡ ਸੀ। ਕੌਣ ਪਰਿਵਾਰ 'ਚ ਕੌਣ ਬਣੇ ਇਹਨਾਂ ਦੇ? ਉਹਨਾਂ ਦਾ ਜੀ ਇਕੱਲਾ ਹੀ ਬੇਟਾ ਜੀ, ਇਹ ਇਹਨਾਂ ਦੇ ਆਪਣੇ ਚਾਚਾ ਜੀ ਖੜੇ ਆ, ਇਹ ਇਹਨਾਂ ਦਾ ਬਾਕੀ ਪਰਿਵਾਰਕ, ਇਹਨਾਂ ਦੇ ਜੀ ਬ੍ਰਦਰ ਨੇ ਨਾਲ ਖੜੇ ਆ, ਇਕੱਲਾ ਜੀ। ਅਸੀਂ ਤਾਂ ਕਹਿੰਦੇ ਜੀ ਸਾਨੂੰ ਇਨਸਾਫ ਚਾਹੀਦਾ ਵਾ, ਜਿਸ ਤਰ੍ਹਾਂ ਵੀ ਮਰਡਰ ਹੋਇਆ, ਜਿਸ ਦੀ ਵੀ ਗਲਤੀ ਹੈਗੀ ਆ ਉਹ ਸਾਡੇ ਸਾਹਮਣੇ ਆਉਣੀ ਚਾਹੀਦੀ ਆ ਜੀ, ਇਹਦੇ ਕਾਰਨ ਪਿੱਛੇ ਮਰਡਰ ਦੇ ਕੀ ਕਾਰਨ ਰਹੇ ਆ ਜੀ, ਉਹ ਸਾਨੂੰ ਪਤਾ ਲੱਗਣਾ ਚਾਹੀਦਾ ਜੀ। ਪਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ, ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਯੋਧੀ ਸਮਰਾਟ ਪੰਡਿਤ ਤੁਲਸੀਦਾਸ ਜੀ, ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪ੍ਰੇਮੀ ਪ੍ਰੇਮਿਕਾ ਪਤੀ ਪਤਨੀ 'ਚ ਝਗੜਾ, ਸੋਧਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਇਮੀਗ੍ਰੇਸ਼ਨ ਮਸਲੇ, ਕਰਜ਼ਾ ਮੁਕਤੀ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾਂ ਪ੍ਰੇਮੀ ਪ੍ਰੇਮਿਕਾ ਪਾਓ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98147 56620।